ਸਤਿ ਸ੍ਰੀ ਅਕਾਲ ਜੀ ਪੰਜਾਬੀ ਡੈਰੀ ਮੈਨ ਦਾ YouTube ਚੈਨਲ 'ਚ ਤੁਹਾਡਾ ਸਵਾਗਤ ਹੈ ਜੇ ਤੁਸੀਂ ਵੀ কুলਰ ਵਰਤਦੇ ਹੋ ਤੇ ਤੁਹਾਨੂੰ ਅੱਜ ਇੱਕ ਨਵਾਂ ਜਿਗਾੜ ਦੱਸਨੇ ਆ ਜੇ ਤੁਸੀਂ ਆਪਣੇ কুলਰ ਦੀ 쿨ਿੰਗ ਵਧਾਣਾ ਚਾਹੁੰਦੇ ਹੋ ਤੇ ਜਿਹੜੇ ਆਪਾਂ ਫੂਸ ਦੇ ਪਾਏ ਹੁੰਦੇ ਨੇ ਦੇ ਵਿੱਚ ਕਾਜ ਆ ਪਾਇਆ ਹੁੰਦਾ ਇਹਦੇ ਜਿਹੜੇ ਬਾਹਰਲੇ ਸਾਈਡ ਤੇ ਆਪਾਂ ਇੰਜ ਅਲੂਮੀਨੀਅਮ ਦੀ ਜਾਲੀ ਲਾ ਕੇ ਜਿਹੜੀ ਅੱਜਕੱਲ੍ਹ ਅਲੂਮੀਨੀਅਮ ਦੇ ਦਰਵਾਜ਼ਿਆਂ 'ਚ ਲੱਗਦੀ ਏ ਉਹ ਜਾਲੀ ਲਾ ਕੇ ਆਪਾਂ ਇਹਦੀ 쿨ਿੰਗ ਨੂੰ ਵਧਾ ਸਕਦੇ ਆ ਕਿਉਂਕਿ ਜਿਹੜੀ ਅਲੂਮੀਨੀਅਮ ਹੈ ਇਹ ਜਿਆਦਾ ਠੰਡਾ ਹੋ ਜਾਂਦਾ ਪਾਣੀ ਦੇ ਸੰਪਰਕ ਚ ਆਉਣ ਨਾਲ ਤੇ ਤੁਹਾਡਾ 쿨ਰ ਜਿਆਦਾ 쿨ਿੰਗ ਕਰਦਾ ਤੇ ਇਦਾਂ ਕਰਨ ਨਾਲ ਜੇ ਤੁਸੀਂ ਆਪਣੇ 쿨ਰ ਦੇ ਫੈਨ ਦੀ ਸਪੀਡ ਘੱਟ ਰੱਖੋਗੇ ਤੇ ਹੋਰ ਵੀ ਜਿਆਦਾ 쿨ਿੰਗ ਕਰੇਗਾ ਤੇ ਇਹ ਅਲੂਮੀਨੀਅਮ ਦੇ ਜਿਹੜੀ ਇਹ ਜਾਲੀ ਹੈ ਕੋਈ ਬਹੁਤ ਹੀ ਮਹਿੰਗੀ ਵੀ ਨਹੀਂ ਆਉਂਦੀ 100 ਰੁਪਏ ਦਾ ਇਹ ਸਾਰਾ ਜਿਹੜਾ ਆਉਂਦਾ ਤੁਹਾਨੂੰ ਪੀਸ ਮਿਲੇਗਾ ਜਿਹੜਾ ਤੁਹਾਡੀਆਂ ਤਿੰਨਾਂ ਜਾਲੀਆਂ ਚ ਲੱਗ ਜਾਏਗਾ ਤੇ ਟਰਾਈ ਕਰਕੇ ਵੇਖਿਓ ਬਹੁਤ ਵਧੀਆ ਚੀਜ਼ ਹੈ ਤੇ ਸਾਡੀਆਂ ਹੋਰ ਇਦਾਂ ਦੀਆਂ ਵੀਡੀਓ ਵੇਖਣ ਵਾਸਤੇ ਸਾਨੂੰ ਸਬਸਕ੍ਰਾਈਬ ਕਰੋ YouTube ਚੈਨਲ ਪੰਜਾਬੀ ਡੈਰੀਮੈਨ ਤੇ ਬੈਲ ਆਈਕਨ ਵਾਲਾ ਬਟਨ ਦਬਾਉਣਾ ਨਾ ਭੁੱਲਿਓ